ਤੁਹਾਡੇ ਵਾਰੰਟਾਂ ਤੇ ਲਿਖਿਆ ਜਾਏਗਾ ਵੀ ਤੁਹਾਡੀਆਂ ਜ਼ਮਾਨਤਾਂ, ਇੱਕ ਮਿੰਟ ਮੈਡਮ ਜੀ, ਇੱਕ ਮਿੰਟ, ਜ਼ਮਾਨਤਾਂ ਨਹੀਂ ਹੋਣੀਆਂ ਤੁਹਾਡੇ ਲਿਖਿਆ ਜਾਏਗਾ। ਅਸੀਂ ਐਪਲੀਕੇਸ਼ਨਾਂ ਕੱਢੀਆਂ ਉੱਥੋਂ ਸਰ, 80-80 ਸਾਲਾਂ ਦੀਆਂ ਜਨਾਨੀਆਂ ਨੂੰ ਵਾਲਾਂ ਤੋਂ ਫੜ ਕੇ ਖੱਡਿਆਂ ਤੋਂ ਉਠਾਉਂਦੀਆਂ ਨੇ ਮੈਡਮਾਂ ਸਾਡੇ, ਸਰ ਮੈਡੀਕਲ ਮੇਰੀ ਗਾਰਦ ਕੱਟੀ ਜਾਂਦੀ ਹੈ, ਮੈਂ ਹੈਗੇ ਜ਼ਮਾਨਤਾਂ ਕਰਾ ਲਓ, ਸਾਡੇ ਕਰੈਕਟਰਾਂ ਤੇ ਗੱਲ ਕਰਦੀ, ਸਾਨੂੰ ਗਲਤ ਤਰੀਕੇ ਨਾਲ ਅਬਿਊਜ਼ ਕਰਦੀ, ਪਲੀਜ਼ ਸਾਨੂੰ ਤੁਸੀਂ ਬਿਆਨ ਦੇ ਕਰੋ। ਕੁੱਟਮਾਰ ਕਰਨ ਦਾ ਕਾਰਨ ਲੋਕੋ ਪਿੱਛੇ ਗੱਲ ਨੋਟ ਕਰ ਲੋ ਪਹਿਲੇ, ਕੁੱਟਮਾਰ ਕਰਨ ਦਾ ਕਾਰਨ ਮੈਡਮ, ਕੁੱਟਮਾਰ ਕਰਨ ਦਾ ਕਾਰਨ ਸੱਜੇ ਬਹੁਤ ਘਪਲੇ ਕਰਦੀ ਆ ਉੱਥੇ, ਨਜਾਇਜ਼ ਸਾਨੂੰ ਤੰਗ ਕੀਤਾ ਜਾਂਦਾ ਵਾ, ਨਜਾਇਜ਼ ਐਲੀਗੇਸ਼ਨ ਲਾਈ ਜਾਂਦੇ ਆ ਅੰਦਰ ਸਾਡੇ ਤੇ। ਕੀ ਗੱਲ ਬੋਲ ਕੇ ਦੱਸੋ ਗੱਲਬਾਤ ਕੀ, ਕੁੱਟਮਾਰ ਕਰਦੀ ਆ ਉੱਥੇ, ਜੇਲ੍ਹ ਦਾ ਮਾਹੌਲ ਖਰਾਬ ਕਰ ਰੱਖਿਆ, ਕੁੱਟਮਾਰ ਕਰਨ ਦਾ ਕਾਰਨ ਲੋਕੋ ਪਿੱਛੇ ਗੱਲ ਨੋਟ ਕਰ ਲੋ ਪਹਿਲੇ, ਲੋਕੋ ਪਿੱਛੇ ਕਰ ਲਿਆ ਯਾਰ ਮਨੀਜ ਛੋੜ ਕਰ, ਕੁੱਟਮਾਰ ਕਰਨ ਦਾ ਕਾਰਨ ਮੈਡਮ, ਕੁੱਟਮਾਰ ਕਰਨ ਦਾ ਕਾਰਨ ਸੱਜੇ ਬਹੁਤ ਘਪਲੇ ਕਰਦੀ ਆ ਉੱਥੇ, ਨਜਾਇਜ਼ ਸਾਨੂੰ ਤੰਗ ਕੀਤਾ ਜਾਂਦਾ ਵਾ, ਨਜਾਇਜ਼ ਐਲੀਗੇਸ਼ਨ ਲਾਈ ਜਾਂਦੇ ਆ ਅੰਦਰ ਸਾਡੇ ਤੇ। ਕੀ ਤੰਗ ਪਛਾਣ ਕੌਣ ਕਰਦਾ ਭਾਜੀ, ਆ ਕੀ ਗੱਲ, ਚੰਚਲ ਕੁਮਾਰੀ ਮੈਡਮ, ਹੈ ਚੰਚਲ ਕੁਮਾਰੀ ਸੁਪਰਡੈਂਟ ਮੈਡਮ, ਸੁਪਰਡੈਂਟ ਹੈ ਹਾਂਜੀ, ਤੇ ਕਾਰਨ, ਕਾਰਨ ਇਹ ਆ ਉੱਥੇ ਸਾਡੀ ਅੱਗੇ ਸੁਣਵਾਈ ਨਹੀਂ ਹੁੰਦੀ ਸੀ, ਸਾਡੀ ਬਹੁਤ ਸੁਣਵਾਈ ਹੁੰਦੀ ਆ ਉੱਥੇ ਸਰ ਦੇ ਆਉਣ ਨਾਲ, ਤੇ ਉਹ ਸਰ ਦੇ ਨਾਲ ਸਾਡੇ ਐਲੀਗੇਸ਼ਨ ਲਾ ਰਹੀ ਹੈ ਵੀ ਤੁਸੀਂ ਉਹਨਾਂ ਨਾਲ ਗਲਤ ਹੋ, ਠੀਕ ਹੈ, ਬਹੁਤ ਕਪੜੇ ਚੱਲ ਰਹੇ ਜੋ ਕਿ ਜੋ ਰਾਸ਼ਨ ਘਰੇ ਲੈ ਕੇ ਜਾਂਦੀਆਂ ਜੋ ਕਿ ਸਾਡੇ ਲਈ ਆਉਂਦਾ, ਸਾਨੂੰ ਅੱਗੇ ਕੋਈ ਸਹੂਲਤ ਨਹੀਂ ਮਿਲਦੀ ਸੀ, ਹੁਣ ਸਾਨੂੰ ਸਹੂਲਤ ਮਿਲਦੀ ਹੈ ਤੇ ਉਹ ਸਾਨੂੰ ਸਹੂਲਤਾਂ ਬਿਲਕੁਲ ਲੈਣ ਨਹੀਂ ਦਿੰਦੇ। ਤੇ ਅੰਦਰ ਖਾਣ ਪੀਣ ਨੂੰ ਕਿਵੇਂ ਪ੍ਰੋਪਰ ਮਿਲਦਾ ਹੈ ਸਭ ਕੁਝ? ਹੁਣ ਸਭ ਕੁਝ ਪ੍ਰੋਪਰ ਮਿਲਿਆ, ਪਰ ਮੈਡਮ ਸਾਨੂੰ ਹੱਲੇ ਵੀ ਪਰੇਸ਼ਾਨ ਕਰ ਰਹੀ ਹੈ, ਇੰਨਾ ਗਲਤ ਐਲੀਗੇਸ਼ਨ ਲਾ ਕੇ ਕੁੱਟਮਾਰ ਕਰਕੇ 11:30 ਵਜੇ ਸਾਡੀ। ਕਿੰਨੀ ਦੇਰ ਤੋਂ ਜੇਲ੍ਹ ਦੇ ਵਿੱਚ ਤੁਸੀਂ? ਸਰ ਮੈਨੂੰ 3 ਮਹੀਨੇ ਹੋ ਗਏ, ਟੋਟਲ 17 ਮਹੀਨੇ ਹੋ ਗਏ। ਕਿਹੜੇ ਮਾਮਲੇ 'ਚ ਤੁਸੀਂ? ਐਨਡੀਪੀਐਸ ਦੇ ਪਰਚੇ 'ਚ। ਅੱਛਾ ਜੀ, ਜੇ ਗੱਲ ਕਰੀਏ ਤੇ ਕੀ ਕਿਸ ਕੇ ਕੋਈ ਧੱਕੇ ਵਿਸ਼ਾਈ ਜਾਂ ਕੋਈ ਗਲਤ ਕੁੱਟਮਾਰ ਕਰਦੇ ਆ? ਧੱਕੇਸ਼ਾਹੀ, ਆਈਡੀਆਂ, ਫੋਨ, ਟੀਵੀ, ਐਡੀਥਿੰਕ ਸਭ ਕੁਝ, ਆਈਡੀਆਂ ਬੰਦ, ਸਭ ਕੁਝ ਬੰਦ ਕਰਦੇ ਆ। ਟੀਵੀ ਸਭ ਕੁਝ ਹੈਗਾ ਅੰਦਰ? ਟੀਵੀ ਸਭ ਕੁਝ ਹੈਗੇ ਤੇ ਸਭ ਕੁਝ ਉਹਨਾਂ ਨੇ ਬੰਦ ਕਰਕੇ ਰੱਖਿਆ। ਫੋਨ ਕਿੱਥੋਂ ਆਉਂਦੇ? ਫੋਨ ਕਿੱਥੋਂ ਆਉਂਦੇ ਅੰਦਰ? ਫੋਨ ਨਹੀਂ ਹੈਗੇ, ਪੀਸੀਓ ਚੱਲਦੇ ਆ, 5 ਪੀਸੀਓ ਚੱਲਦੇ ਨੇ। ਅੱਛਾ ਜੀ, ਠੀਕ ਹੈ, ਗਲਤ ਗਾਲਾਂ ਕਰਦੀ ਆ, ਚੁੱਲ੍ਹਿਆਂ ਤੇ ਜਾ ਕੇ ਗਾਲਾਂ ਕੱਢਦੀ ਆ, ਨੰਗੇ ਮਤਲਬ ਐਨ ਨੰਗੇ ਪੰਨਾ ਤਲਾਸ਼ੀਆਂ ਲੈਂਦੀ ਆ। ਤੇ ਕੋਈ ਲੇਡੀਜ਼ ਨਾਲ? ਹਾਂਜੀ ਹਾਂਜੀ, ਲੇਡੀਜ਼ ਹੈਗੀਆਂ ਨੇ, ਸਾਰੀਆਂ ਗਲਤ ਤਰੀਕੇ ਨਾਲ ਤਲਾਸ਼ੀਆਂ ਲੈਂਦੀਆਂ, ਤੁਹਾਨੂੰ ਨੰਗੇ ਕਰਕੇ ਤਲਾਸ਼ੀਆਂ ਲੈਂਦੀਆਂ। ਗਲਤ ਗੱਲਬਾਤ ਤਾਂ ਨਹੀਂ ਹੁੰਦੀ ਅੰਦਰ ਧਰਨਾ? ਗਲਤ ਮਤਲਬ ਹੱਥ ਪਾ ਪਾ ਕੇ ਤਲਾਸ਼ੀਆਂ ਲੈਂਦੀਆਂ। ਕੌਣ ਲੇਡੀਜ਼ ਲੈਂਦੀਆਂ, ਬੰਦੇ ਲੈਂਦੇ? ਠੀਕ ਹੈ, ਚੰਚਲ ਮੈਡਮ ਖੁਦ ਕਹਿੰਦੀਆਂ, ਕਹਿੰਦੀ ਇਹਨੇ ਤਲਾਸ਼ੀਆਂ ਲਈ ਡੰਡੇ ਤੁਹਾਡੇ ਲਈ ਰੱਖੇ ਨੇ, ਤੁਹਾਡੇ ਮਾਰਨ ਲਈ ਰੱਖੇ ਨੇ। ਠੀਕ ਹੈ, ਅਸੀਂ ਜੇਲ੍ਹ 'ਚ ਜਿੰਨੀਆਂ ਵੀ ਆਈਆਂ, ਸਾਡੀ ਰਿਕੁਐਸਟ ਹੈ ਸਾਰਿਆਂ ਦੇ ਬਿਆਨ ਲਿਖਤੇ ਜਾਣ, ਪਲੀਜ਼, ਅਸੀਂ ਬਹੁਤ ਪਰੇਸ਼ਾਨ ਹਾਂ ਸਰ। ਇੱਕ ਮਿੰਟ ਆਜੋ ਯਾਰ, ਚਲ ਆਜੋ, ਓਕੇ ਜੀ ਆਜੋ। ਜਿਹੜੇ ਸਾਡੇ ਸਰ ਨੇ ਅਮਰ ਸਿੰਘ ਸਰ, ਉਹਨਾਂ ਨਾਲ ਸਾਨੂੰ ਐਡੂਕੇਸ਼ਨ ਗਲਤ ਲਾ ਰਹੀ ਹੈ। ਬਹੁਤ ਕੁੱਟਮਾਰ ਜੀ, ਸੈੱਲਾਂ ਚ ਬੰਦ ਕਰ ਦਿੰਦੇ ਨੇ ਆਈਡੀਆ, ਬਸ ਇਹੀ ਜਿਹੜਾ ਵੀ ਉਹਨਾਂ ਕਹਿੰਦੇ ਮਗਰਮੱਛ ਨਾਲ ਬੈਰ ਪਾਇਆ, ਸਮੁੰਦਰ ਚ ਰਹਿ ਕੇ ਮਗਰਮੱਛ ਨਾਲ ਬੈਰ ਨਹੀਂ ਪਾਈਦਾ, ਕਹਿੰਦੇ ਤੁਹਾਨੂੰ ਮੈਂ ਦੱਸਾਂਗੀ, ਜੇਲ ਮੈਂ ਆਪਣੇ ਨਾਮ ਲਵਾਈ ਹੋਈ ਹੈ। ਪੀਸੀਓ ਨਸ਼ਾ ਨੁਸ਼ਾ ਕੁਛ ਨਹੀਂ ਹੈ, ਪੀਸੀਓ ਬੰਦ ਕਰ ਦਿੰਦੀ, ਆਈਡੀਆ ਬੰਦ ਕਰਦੀ, ਮੁਲਾਕਾਤਾਂ ਤੁਹਾਡੇ ਵਾਰੰਟਾਂ ਤੇ ਲਿਖਿਆ ਜਾਏਗਾ ਵੀ ਤੁਹਾਡੀਆਂ ਜ਼ਮਾਨਤਾਂ, ਇੱਕ ਮਿੰਟ ਮੈਡਮ ਜੀ, ਇੱਕ ਮਿੰਟ, ਜ਼ਮਾਨਤਾਂ ਨਹੀਂ ਹੋਣੀਆਂ ਤੁਹਾਡੇ ਲਿਖਿਆ ਜਾਏਗਾ। ਚੱਲਵਾਤ ਅਸੀਂ ਐਪਲੀਕੇਸ਼ਨਾਂ ਕੱਢੀਆਂ ਉੱਥੋਂ ਉੱਥੋਂ ਤੱਕ ਮੁੜ ਗਈਆਂ, ਜੇ ਅਸੀਂ ਕੋਈ ਗੱਲ ਕਰਦੇ ਕਹਿੰਦੇ ਤੁਹਾਡੇ ਸਾਹਮਣੇ ਡੀਜੀਪੀ ਦਾ ਹੁਕਮ ਹੈ ਵੀ ਤੁਹਾਡੇ ਅਸੀਂ ਨੰਗੀਆਂ ਕਰਕੇ ਤਲਾਸ਼ੀਆਂ ਲੈ ਸਕਦੇ ਹਾਂ, ਹਾਈ ਕੋਰਟ ਤੋਂ ਆਰਡਰ ਆਏ ਆ, ਕੱਪੜੇ ਉਤਾਰ ਕੇ ਤਲਾਸ਼ੀਆਂ ਲੈਂਦੇ, ਕੱਪੜੇ ਉਤਾਰ ਕੇ ਨੰਗੇ ਪੱਤੇ ਚੰਗੀ ਤਰ੍ਹਾਂ ਕਰਕੇ ਹੱਥ ਪਾ ਕੇ ਫੇਰ ਤਲਾਸ਼ੀਆਂ ਲੈਂਦੇ। ਕੌਣ ਲੈਂਦਾ ਜੀ? ਇਹ ਮੈਡਮ ਅੰਦਰ ਸੁਪਰਡੈਂਟ ਦਾ ਹੁਕਮ ਹੈ, ਕਹਿੰਦੇ ਡੀਜੀਪੀ ਦੇ ਹੁਕਮ ਨੇ ਵੀ ਤੁਹਾਡੇ ਹੱਥ ਪਾ ਪਾ ਤਲਾਸ਼ੀਆਂ ਲੈਣੀਆਂ ਨੰਗੇ। ਅੰਦਰ ਕੋਈ ਫੈਸਿਲਿਟੀ ਹੋਈ ਫੈਸਿਲਿਟੀ ਮਿਲਦੀ ਕੋਈ ਅੰਦਰ ਕਿ ਨਹੀਂ? ਕੋਈ ਫੈਸਿਲਿਟੀ ਨਹੀਂ ਮਿਲਦੀ ਸਿਰਫ ਸਰ ਦੇ ਆਉਣ ਕਰਕੇ ਸਾਨੂੰ ਹੁਣ ਮਿਲਣ ਲੱਗਿਆ, ਸਾਨੂੰ ਮੈਡੀਕਲ ਕਾਰਡ ਦਾ ਹੁਣ ਲੱਗਣ ਲੱਗੀਆਂ ਸਾਡੀਆਂ।
ਜਿਹੜਾ ਕਾਫੀ ਹਾਈ ਵੋਲਟੇਜ ਜਿਹੜਾ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ, ਜਿਹੜੇ ਹਮਲਾਤ ਕੀਤੇ ਜਾਂਦੇ, ਜਿਹੜਾ ਉਹਨਾਂ ਦਾ ਇਹ ਕਹਿਣਾ ਸਾਡੇ ਨਾਲ ਜਿਹੜਾ ਟਕਰਾਅ ਤੇ ਹੋ ਰਿਹਾ ਹੈ, ਸਾਡੇ ਕੋਲ ਸਾਰੀ ਤਰੀਕੇ ਦਿੱਤੇ ਜਾਂਦੀ ਹੈ ਵੀ ਤੁਹਾਡੇ ਵਰੰਡਾ ਤੇ ਲਿਖਿਆ ਜਾਏਗਾ ਮਾਮਲਾ ਤੁਹਾਡਾ ਜੇ ਕੁਝ ਦਿਨ ਪਹਿਲਾਂ ਜਿਹੜੀ ਜੇਲ੍ਹ ਸੀਗਾ ਜੇਲ੍ਹ ਦੇ ਵਿੱਚ ਕਾਫੀ ਲੇਡੀਜ਼ ਤੇ ਸਰ ਜੀ ਉੱਥੇ ਖੜੀਆਂ ਵਾ ਸਾਰੀ ਇਹ ਬਿਆਨ ਦੇ ਰਹੀਆਂ ਇੱਕ ਮਿੰਟ ਮੈਡਮ ਜੀ ਤੱਕ ਬੋਲ ਦੇ ਕੋਲ ਫਿਰ ਕੁਝ ਦੇ ਥੋੜੇ ਮਿੰਟ ਤਲਾਸ਼ੀ ਲਈ ਜਾਂਦੀ ਹੈ, ਇਹਨਾਂ ਦਾ ਕੁੱਟਮਾਰ ਵੀ ਕੀਤੀ ਜਾਂਦੀ ਹੈ, ਪਰ ਇੱਕ ਵਾਰ ਫਿਰ ਜਿਹੜੇ ਸਵਾਲਿਆਂ ਨਿਸ਼ਾਨ ਨੇ ਪੰਜਾਬ ਪੁਲਿਸ ਜਿਹੜੇ ਜੇਲ੍ਹ ਦੇ ਪ੍ਰਸ਼ਾਸਨ ਨੇ ਉਹਨਾਂ ਉੱਤੇ ਖੜੇ ਹੋਏ ਨੇ, ਪਰ ਜਿਹੜੇ ਜੇਲ੍ਹ ਦੇ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ, ਉਹਨਾਂ ਦਾ ਉਹਨਾਂ ਬਾਰੇ ਕੀ ਕਹਿਣਾ ਹੈ ਤੁਹਾਨੂੰ ਦੱਸ ਦਈਏ। ਆਏ ਦਿਨ ਜਿਹੜੀ ਜੇਲ੍ਹ ਹੈ ਸੁਰਖੀਆਂ ਦੇ ਵਿੱਚ ਰਹਿੰਦੀ ਹੈ, ਕੁਝ ਦਿਨ ਪਹਿਲਾਂ ਸਿਵਲ ਹਸਪਤਾਲ ਦੇ ਜਿਹੜੇ ਲੰਘ ਜਾ ਮੈਡੀਕਲ ਕਰਵਾਉਣ ਦੇ ਲਈ ਲੱਗ ਗਿਆ, ਕੁਝ ਹਵਾਲਾਤੀ ਨੂੰ ਉਹਨਾਂ ਨੇ ਐਲੀਗੇਸ਼ਨ ਲਾਈ ਕਿ ਅੱਜ ਜਨਾਨੀਆਂ ਨੂੰ ਲੇਡੀਜ਼ ਨੂੰ ਉਹਨਾਂ ਜਾ ਰਹੀਆਂ ਸਾਨੂੰ ਗੰਦੀਆਂ ਤੋਂ ਗੰਦੀਆਂ ਸਾਡੀ ਫੈਮਿਲੀ ਨੂੰ ਅਰੈਸਟ ਕਰਨ ਦੀਆਂ ਧਮਕੀਆਂ ਦੇ ਰਹੀ ਹੈ, ਜੇ ਅਸੀਂ ਸਰ ਦੇ ਲਈ ਬੋਲਦੇ ਆ ਨਾ ਤੇ ਸਾਨੂੰ ਸਰ ਦੇ ਨਾਲ ਗਲਤ ਜੋੜਿਆ ਜਾ ਰਿਹਾ। ਸਾਨੂੰ ਕਲਚਰ ਐਕਟੀਵਿਟੀ 'ਚ DGP ਵੱਲੋਂ ਆਰਡਰ ਨੇ ਵੀ ਜਿਹੜੇ ਬੱਚਿਆਂ ਦੇ ਵਿੱਚ ਗੁਣ ਹੈਗੇ ਉਹਨਾਂ ਨੂੰ ਕਰੋ, ਸਾਨੂੰ ਨਚਾਰਾ ਮੁਜਰਾ ਕਰਨ ਵਾਲੀ ਦੱਸ ਦਈਏ। ਹਾਂਜੀ ਬਹੁਤ ਧੱਕਾ ਹੁੰਦਾ ਜੀ 80-80 ਸਾਲਾਂ ਦੀਆਂ ਜਨਾਨੀਆਂ ਨੂੰ ਸੁੱਕੀ ਧੱਕਾ ਹੋ ਰਿਹਾ ਸਰ। 80-80 ਸਾਲਾਂ ਦੀਆਂ ਜਨਾਨੀਆਂ ਨੂੰ ਵਾਲਾਂ ਤੋਂ ਫੜ ਕੇ ਖੱਡਿਆਂ ਤੋਂ ਉਠਾਉਂਦੀਆਂ ਨੇ ਮੈਡਮਾਂ ਸਾਡੇ ਸਰ ਮੈਡੀਕਲ, ਮੇਰੀ ਗਾਰਦ ਕੱਟੀ ਜਾਂਦੀ ਹੈ, ਮੇਰੀ ਗਾਰਦ ਇਸ ਕਰਕੇ ਕੱਟੀ ਗਈ ਕਿਉਂਕਿ DGP ਸਾਹਿਬ ਨੂੰ ਮੈਂ ਐਪਲੀਕੇਸ਼ਨ ਲਿਖੀ ਸੀ, ਸੁਪਰੀਡੈਂਟ ਚੰਚਲ ਕੁਮਾਰੀ ਨੇ ਸਾਡੀ ਉਹ ਐਪਲੀਕੇਸ਼ਨ ਪੜ੍ਹ ਲਈ, ਉਸ ਤੋਂ ਬਾਅਦ ਮੇਰੀ ਕੰਨ ਦੀ ਗਾਰਦ ਕੱਟਤੀ। ਕੱਲ੍ਹ ਵੀ ਅਸੀਂ ਰਿਕੁਐਸਟ ਕਰ ਕਰਕੇ ਆਏ, ਮਨੀਸ਼ ਸਿੰਗਲਾ ਸਰ ਨੇ ਮਤਲਬ ਬਿਆਨ ਲਿੱਤੇ ਨੇ, ਅਸੀਂ ਉਹਨਾਂ ਨੂੰ ਵੀ ਆਪਣੇ ਸਾਰੀ ਪ੍ਰੋਬਲਮ ਸਾਡੇ ਅੰਮ੍ਰਿਤਸਰ ਸਿੰਘ ਬਹੁਤ ਵਧੀਆ, ਉਹਨਾਂ ਦੇ ਆਉਣ ਨਾਲ ਬਹੁਤ ਮਾਹੌਲ ਚੇਂਜ ਹੋਇਆ, ਬਹੁਤ ਵਧੀਆ, ਪਰ ਉਹਨਾਂ ਦੇ ਗਲਤ ਐਲੀਗੇਸ਼ਨ ਲਾਏ ਜਾ ਰਹੇ ਨੇ ਬਹੁਤ ਜ਼ਿਆਦਾ, ਕੋਈ ਵੀ ਟਿਕਟ ਨਹੀਂ ਦਿੰਦੀਆਂ। ਕਹਿੰਦੇ ਅਧਿਕਾਰੀ ਸੀ ਅਧਿਕਾਰੀ ਤੋਂ ਕੀ ਮੰਗੇ ਤੁਹਾਡੀ? ਉਹਦੇ ਕੋਲ ਇਹ ਮੰਗ ਹੈ ਵੀ ਉਹ ਸਾਨੂੰ ਨਹੀਂ ਚਾਹੀਦੀ, ਚੰਚਲ ਕੁਮਾਰੀ ਨਹੀਂ ਚਾਹੀਦੀ ਸਾਨੂੰ, ਉਹ ਨਹੀਂ ਚਾਹੀਦੇ ਸਰ। ਸਾਨੂੰ ਇਹ ਮੰਗ ਸਾਡੀ ਇੱਕੋ ਹੀ ਆ ਕਿ ਸਾਡੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ। ਅਸੀਂ ਜੋ ਐਪਲੀਕੇਸ਼ਨਾਂ ਕੱਢੀਆਂ ਹੋਈਆਂ ਨੇ, ਜਿਹੜੀਆਂ ਚੀਜ਼ਾਂ ਅਸੀਂ ਕਹੀਆਂ ਹੋਈਆਂ, ਸਾਡੀ ਗੱਲ 'ਤੇ ਯਕੀਨ ਕੀਤਾ ਜਾਵੇ, ਇਸ ਗੱਲ ਦਾ ਗੌਰ ਕੀਤਾ ਜਾਵੇ ਵੀ ਅਸੀਂ ਅੰਦਰ ਕਿੰਨੀਆਂ ਪਰੇਸ਼ਾਨ, ਹਰ ਇੱਕ ਲੇਡੀ ਨਹੀਂ ਬੋਲ ਸਕਦੀ। ਅਸੀਂ ਮੌਕੇ ਦੇ ਗਵਾਹ ਹੱਥੀ ਚੱਕ ਕੇ ਖੜੀ ਆ, ਉਹਨੂੰ ਇਹ ਕਿਹਾ ਗਿਆ ਕਿ ਤੂੰ ਇਹ ਕਹਿਣਾ ਮੈਂ ਬਾਥਰੂਮ 'ਚ ਡਿੱਗੀ ਆ, ਉਹਨੂੰ ਮਰਨ ਦੇ ਟਾਈਮ ਤੇ ਉਹਦੇ ਖੂਨ ਨਿਕਲ ਰਿਹਾ ਸੀ। ਹਾਂਜੀ ਸਰ ਬਹੁਤ ਕੁਝ ਹੋ ਰਿਹਾ, ਸਾਡੀ ਹੁਣ ਆਈਡੀਆ ਬੰਦ ਹੋ ਜਾਣੀ ਹੈ। ਕੁੱਟਮਾਰ ਹੁੰਦੀ ਹੈ, ਕੱਪੜੇ ਉਤਾਰੇ ਜਾਂਦੇ ਹਨ, ਕਲੀਅਰ ਕੀਤਾ ਜਾਂਦਾ ਹੈ, ਇਸ ਤੋਂ ਬਾਅਦ ਵੀ ਹੋਰ ਕੋਈ ਗੱਲਬਾਤ? ਸਰ ਮੈਡਮ ਸਾਨੂੰ ਕਹਿੰਦੀ ਹੈ 2% ਦੀਆਂ ਜਨਾਨੀਆਂ ਤੁਹਾਡੇ ਕੋਲ ਪੈਸੇ ਹੈਗੇ, ਜ਼ਮਾਨਤਾਂ ਕਰਾ ਲਓ, ਸਾਡੇ ਕਰੈਕਟਰਾਂ ਤੇ ਗੱਲ ਕਰਦੀ, ਸਾਨੂੰ ਗਲਤ ਤਰੀਕੇ ਨਾਲ ਅਬਿਊਜ਼ ਕਰਦੀ। ਬਿਲਕੁਲ ਨਹੀਂ, ਬਿਲਕੁਲ ਮੈਡਮ ਜੀ, ਪਲੀਜ਼ ਸਾਨੂੰ ਤੁਸੀਂ ਬਿਆਨ ਦੇ ਕਰੋ। ਮੈਡੀਕਲ ਕਰਵਾਉਣ ਜੀ ਨਾਮ ਕੁਲਦੀਪ ਕੌਰ ਜੀ, ਡਾਕਟਰ ਗੁਰਚਰਨ ਸਿੰਘ। ਕੀ ਮਾਮਲਾ ਜੀ? ਜੀ ਮਾਮਲਾ ਸਾਡੇ ਜੇਲ੍ਹ ਦੀ ਸੁਪਰਡੈਂਟ ਮੈਮ ਤੇ ਉਹਨਾਂ ਦਾ ਜਿਹੜਾ ਸਟਾਫ ਆ ਬਹੁਤ ਟਾਈਮ ਤੋਂ ਪੁਰਾਣਾ ਵਾ, ਉਹ ਬਹੁਤ ਜ਼ਿਆਦਾ ਹਰਾਸ਼ ਕਰਦਾ, ਜਿਹੜਾ ਕੋਈ ਵਧੀਆ ਚੰਗਾ ਆਫੀਸਰ ਹੁੰਦਾ ਉਹਨਾਂ ਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਗਲਤ ਐਲੀਗੇਸ਼ਨ ਲਗਾਏ ਜਾਂਦੇ ਹਨ। ਮੈਮ ਪ੍ਰਸ਼ਾਸਨ ਦੇ ਉੱਤੇ ਜਿਹੜੇ ਸਵਾਲਿਆਂ ਨਿਸ਼ਾਨ ਹੱਥ ਬੰਨਣਾ ਸਾਡੀ ਡਿਊਟੀ ਹੈ, ਅਸੀਂ ਕੋਈ ਫਾਲਤੂ ਕੰਮ ਨਹੀਂ। ਜੇਲ੍ਹ ਪ੍ਰਸ਼ਾਸਨ ਦੇ ਖੜੇ ਹੋ ਰਹੇ ਨਾ ਸਰ, ਅਸੀਂ ਕੁਛ ਨਹੀਂ ਕਰ ਰਹੇ, ਸਾਡੀ ਡਿਊਟੀ ਆ। ਤੁਹਾਡੇ ਤੇ ਐਲੀਗੇਸ਼ਨ ਲਾਏ ਉਹਨਾਂ ਸੁਪਰੀਡੈਂਟ ਦੇ ਐਲੀਗੇਸ਼ਨ ਲਾਏ ਨੇ ਜਿਹੜੇ ਮੈਡਮ ਜੇਲ੍ਹ ਮੈਡਮ ਦੇ ਅੰਦਰ, ਉਹਨਾਂ ਦੇ ਐਲੀਗੇਸ਼ਨ ਸਰ ਅਸੀਂ ਡਿਊਟੀ ਕਰ ਰਹੇ ਆ, ਸਾਡਾ ਕੋਈ ਕੰਮ ਨਹੀਂ ਹੈਗਾ।